के जा जा चल जा जा तू पर डरता भी है जा तू ओ बहुत पड़ लग पड़ ओए ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਸੀਂ ਪਹਿਲੇ ਸਮੇਂ ਦੇ ਵਿੱਚ ਫੁੱਟਬਾਲ ਖੇਡਦੇ ਰਹੇ ਹੋਵੋਗੇ ਜੀ ਅੱਛਾ ਜੀ ਬਾਪੂ ਜੀ ਹੋਣੀ ਅਤੇ ਪਹਿਲੇ ਸਮੇਂ ਦੇ ਵਿੱਚ ਜੀ ਕਿੱਦਾਂ ਮਤਲਬ ਫੁੱਟਬਾਲ ਅੱਜ ਦੇ ਟੂਰਨਾਮੈਂਟ ਵਾਂਗੂ ਹੁੰਦੇ ਸੀ ਜਾਂ ਕੁਝ ਫਰਕ ਹੁੰਦਾ ਸੀ ਪੁੱਛੀ ਬੋਲੋ ਥੋੜ੍ਹਾ ਫਰਕ ਸੀ ਅੱਛਾ ਜੀ ਉਦੋਂ ਤਾਂ ਇੱਕ ਨਾ ਤਾਂ ਛੂ ਹੀ ਸੀਗੇ ਅੱਛਾ ਜੀ ਨਾ ਕੋਈ ਹੋਰ ਇੰਕਲਟ ਵੀ ਮਸੀ ਲੱਗਦਾ ਅੱਛਾ ਨੰਗੇ ਪੈਰ ਖੇਡਦੇ ਸੀ ਖਿਡਾਰੀ ਠੀਕ ਹੈ ਜੀ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਠੀਕ ਹੈ ਜੀ ਠੀਕ ਹੈ ਪਹਿਲੇ ਸਮੇਂ ਦੇ ਵਿੱਚ ਨੰਗੇ ਪੈਰਾਂ ਨਾਲ ਖੇਡੀ ਜਾਂਦੀ ਸੀ ਤੇ ਇਨਾਮ ਕੀ ਦਿੱਤੇ ਜਾਂਦੇ ਸੀ ਇਨਾਮ ਸਿਰਫ ਬਨੈਣਾ ਬਨੈਣਾ ਅੱਛਾ ਟੀ ਸ਼ਰਟਾਂ ਠੀਕ ਹੈ ਜਾਂ ਭਾਂਡੇ ਦਿੱਤੇ ਜਾਂ ਗਲਾਸ ਕੋਲੀਆਂ ਕੋਈ ਵੀ ਕੋਲੀ ਇਦਾਂ ਦਾ ਕੋਈ ਨਾ ਕੋਈ ਦੇ ਦਿੰਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਅੱਛਾ ਜੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਮੁੰਡੇ ਆਪਣੇ ਫੁੱਟਬਾਲ ਖੇਡਦੇ ਆ ਵੀ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਤੁਹਾਡੇ ਸਮੇਂ ਮਿਹਨਤ ਕਿਸ ਤਰ੍ਹਾਂ ਲਾਉਂਦੇ ਸੀ ਤੇ ਅੱਜ ਦੇ ਨੌਜਵਾਨ ਕਿਸ ਤਰ੍ਹਾਂ ਲਾਉਂਦੇ ਆ ਇਹਦੇ ਬਾਰੇ ਕੋਈ ਦੱਸੋ ਤੇ ਮਿਹਨਤ ਲਾਉਂਦੇ ਸੀ ਕੇ ਨਾਲ ਠੀਕ ਹੈ ਜੀ ਕੇ ਦੇਸੀ ਖੁਰਾਕਾਂ ਨਾਲ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਚੱਲਦੀ ਆ ਨਸ਼ਿਆਂ ਦੀ ਠੀਕ ਹੈ ਜੀ ਬਿਲਕੁਲ ਬਿਲਕੁਲ ਮੈਂ ਦੇਖੋ ਝੂਠ ਤਾਂ ਨਹੀਂ ਇੱਥੇ ਹਾਂਜੀ 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 ਹੁਣ ਨਸ਼ਿਆਂ ਦੀ ਚੱਲਦੀ ਆ ਠੀਕ ਹੈ ਜੀ ਕੋਈ ਨਾ ਕੋਈ ਸਪਰੇਅ ਹਾਂ ਨਹੀਂ ਸੀ ਅੱਗੇ ਸਾਨੂੰ ਦਿੱਤੀ ਕਰਦੀ ਸੀ ਮੂਵ ਸਪਰੇਅ ਮਿਹਨਤ ਵੀ ਕਰਦੇ ਆ ਹਾਂ ਹਾਂਜੀ ਹਾਂਜੀ ਮਿਹਨਤ ਕਰਦੇ ਆ ਜਿਹੜੇ ਗਰਾਊਂਡ 'ਚ ਖੇਡਦੇ ਆ ਨਾ ਬੱਚੇ ਹਾਂ ਮਿਹਨਤ ਬਹੁਤ ਹੈ ਇੱਥੇ ਖੇਡਦੇ ਆ ਹਾਂਜੀ ਹਾਂਜੀ ਸਾਰੇ ਖਿਡਾਰੀ ਨਹੀਂ ਜਿਹੜੇ ਆਪਾਂ ਕਹਿ ਦਈਏ ਵੀ ਨਸ਼ਾ ਕਰਦੇ ਨਹੀਂ ਸਾਰੇ ਨਹੀਂ ਕੋਈ ਕੋਈ ਉਹ ਗਲਤ ਗੱਲ ਆ ਨਾ ਫੁੱਟਬਾਲ ਦੇ ਆਉਣ ਵਾਲੇ ਸਮੇਂ ਦੇ ਲਈ ਹਾਂਜੀ ਸਾਰੇ ਨਹੀਂ ਕੁਝ ਕੁ ਇੱਥੇ ਕੁਝ ਹੈ ਹਾਂਜੀ ਹਾਂਜੀ ਉਹਦੇ ਵਿੱਚ ਕਬੱਡੀ ਖੇਡਦੇ ਆ ਪਰ ਹਾਂਜੀ ਹਾਂਜੀ ਜਿਸ ਤਰ੍ਹਾਂ ਕਬੱਡੀ ਵੀ ਹਾਂਜੀ ਉਹ 'ਚ ਵੀ ਕਹਿੰਦੇ ਬਹੁਤ ਨਸ਼ਾ ਪਰ ਫੁੱਟਬਾਲ ਦੇ ਵਿੱਚ ਵੀ ਕ੍ਰਿਕਟ ਦੇ ਵਿੱਚ ਵੀ ਸਾਰੀਆਂ ਖੇਡਾਂ 'ਚ ਕਹਿ ਰਹੇ ਨੇ ਪਰ ਉਹ ਕੁਝ ਕੁ ਖਿਡਾਰੀ ਬਦਨਾਮ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਰੇ ਤਾਂ ਫਿਰ ਬਦਨਾਮ ਕਰਨ ਵਾਲੀ ਗੱਲ ਆ ਤੇ ਫੁੱਟਬਾਲ ਦੇ ਨਵੇਂ ਖਿਡਾਰੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਜੀ ਆਉਣ ਵਾਲਾ ਜਿਹੜਾ ਫਿਊਚਰ ਆ ਬੱਚੇ ਆ ਜਿਹੜੇ ਆਪਣੇ ਪਿੰਡਾਂ ਦੇ ਵਧੀਆ ਹੀ ਰਹਿਣ ਤਾਂ ਠੀਕ ਆ ਨਸ਼ਿਆਂ ਤੋਂ ਬਚੇ ਰਹਿਣ ਹਾਂਜੀ ਮਿਹਨਤ ਬਿਲਕੁਲ ਗਰਾਊਂਡ ਤੇ ਜ਼ਰੂਰ ਇੱਕ ਵਾਰੀ ਮੱਥਾ ਟੇਕਣਾ ਚਾਹੀਦਾ ਹਾਂਜੀ ਗਰਾਊਂਡ ਨਾਲ ਰੋਜ਼ ਆਉਣਾ ਚਾਹੀਦਾ ਹਾਜ਼ਰੀ ਭਰਨੀ ਚਾਹੀਦੀ ਹਾਂਜੀ ਹਾਂਜੀ ਜਿਹੜੇ ਬੱਚੇ ਗਰਾਊਂਡ 'ਚ ਆਉਂਦੇ ਆ ਪਿਆਰ ਬਣਿਆ ਰਹਿੰਦਾ ਉਹ ਇਸ ਟਾਈਮ ਵੀ ਬਹੁਤ ਸੋਹਣੇ ਖੇਡਦੇ ਆ ਵਧੀਆ ਖੇਡਦੇ ਆ ਠੀਕ ਹੈ ਕਿਉਂ ਪ੍ਰੋਜੈਕਸ਼ਨ ਕਰਦੇ ਆ ਠੀਕ ਹੈ ਠੀਕ ਹੈ ਜਾਨੀ ਜਿਹੜੇ ਬੱਚੇ ਮਿਹਨਤ ਕਰਦੇ ਆ ਉਹ ਗਰਾਊਂਡਾਂ ਜ਼ਰੂਰ ਵਧੀਆ ਖੇਡਦਾ ਪਰ ਖੇਡਦੇ ਵੀ ਬਲੀ ਹਾਂਜੀ ਹਾਂਜੀ ਬਿਲਕੁਲ ਮਿਹਨਤ ਨਾਲ ਹੀ ਖੇਡਿਆ ਮਿਹਨਤ ਨਹੀਂ ਹੈ ਜੀ ਬੰਦ ਭਈਆ ਜੀ ਗਰਾਊਂਡ ਵਿੱਚ ਜਦੋਂ ਬੱਚੇ ਆਉਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਦਾ ਪਿਸ਼ਾਬ ਬਣਦਾ ਠੀਕ ਹੈ ਦੇ ਵਿੱਚ ਠੀਕ ਹੈ ਤੇ ਅਸੀਂ ਦੇਖਦੇ ਰਹਿੰਦਾ ਹੁਣ ਵੀ ਤੇ ਆਪਣੇ ਸਾਡੇ ਜਗਦੀਸ਼ ਸਿੰਘ ਕੋਚ ਆ ਠੀਕ ਹੈ ਜੀ ਤੇ ਆਪਣੇ ਸ਼ਾਮ ਨੂੰ ਬੱਚੇ ਆਉਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਖਿਡਾਉਂਦੇ ਵੀ ਖੇਡਦੇ ਆ ਬੱਚੇ ਇਸੇ ਗਰਾਊਂਡ ਦੇ ਵਿੱਚ ਨਗਾ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਰੇਸ ਲਾਉਂਦੇ ਆ ਘੁੰਮ ਆਲੇ ਦੁਆਲੇ ਠੀਕ ਹੈ ਤੇ ਆਪਣੀ ਇਹਦੇ ਪ੍ਰੈਕਟਿਸ ਕਰਦੇ ਆ ਪੂਰੀ ਕਿ ਜਦੋਂ ਕਿਉਂਕਿ ਜਿਹੜੇ ਇਹਦੀ ਗੇਮ ਇਦਾਂ ਦੀ ਇਹਦੇ ਵਿੱਚ ਰੇਸ ਹੋਣੀ ਚਾਹੀਦੀ ਹੈ ਬੰਦੇ ਦੀ ਸਟੈਮਿਨਾ ਹਾਂ ਜਿਹਦੀ ਜਿਸ ਬੰਦੇ ਦੀ ਰੇਸ ਹੈਗੀ ਪੂਰੀ ਨਾ ਉਹ ਕਾਮਯਾਬ ਆ ਫੁੱਟਬਾਲ ਦੇ ਮਗਰ ਦੌੜ ਨਾ ਕੋਈ ਸੁਣਦਾ ਬਿਲਕੁਲ ਬੜਾ ਔਖਾ ਕੰਮ ਆ ਸੋ ਇਹ ਅਸੀਂ ਤਾਂ ਕਹਾਂਗੇ ਕਿ ਇਹ ਬੱਚਿਆਂ ਨੂੰ ਮਾਰਾ ਚੜ੍ਹਦੀ ਕਲਾ ਰੱਖੇ ਤੇ ਇਹਦੇ ਤਰੱਕੀਆਂ ਕਰੀ ਜਾਣ बहुत बहुत धन्यवाद स्नेहा दिता जी बहुत वधिया गल है क्योंकि असीं तुहाडे वर्गे बजुर्गों तों सिखणा क्योंकि असीं उह समां देखिया नहीं ਉਹ ਤਾਂ ਦੇ ਰਾਹੀਂ ਅਸੀਂ ਦੇਖ ਸਕਦੇ ਹਾਂ ਨਾ ਕਿਉਂਕਿ ਉਹ ਜਿਹੜਾ ਸਮਾਂ ਸੀ ਨਾ ਪਹਿਲਾਂ ਸਮਾਂ ਸੀ ਮਿਹਨਤਾਂ ਵੀ ਸੀ ਨਾਲ ਖੁਰਾਕਾਂ ਵੀ ਬਿਲਕੁਲ ਬੜੀਆਂ ਖੁਰਾਕਾਂ ਘਰ ਦੇ ਕੰਮ ਵੀ ਸਾਰਾ ਕੁਝ ਸੀਗਾ ਉਹਦੇ ਵਿੱਚ ਇਦਾਂ ਸੀ ਕੁਛ ਤਾਂ ਕਸਰਤ ਮਤਲਬ ਘਰ ਦੇ ਕੰਮਾਂ 'ਚ ਹੀ ਹੋ ਜਾਂਦੀ ਸੀ ਹਾਂਜੀ ਖੁਰਾਕਾਂ ਵਧੀਆ ਸੀ ਤੇ ਖੁਰਾਕਾਂ ਵਧੀਆ ਸੀਗਾ ਦੁੱਧ ਘੀ ਵਧੀਆ ਸੀ ਹੁਣ ਥੋੜ੍ਹਾ ਚਲੋ ਕੁਛ ਬੱਚਿਆਂ ਨੇ ਆਣ ਕੇ ਮਤਲਬ ਖੇਡ ਦੇ ਵਿੱਚ ਸਾਰੀਆਂ ਖੇਡਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਪ੍ਰੋਬਲਮ ਖੜੀ ਕਰ ਦਿੱਤੀ ਆ ਜੀ ਨਸ਼ਾ ਆ ਪਰ ਸਾਰੇ ਨਹੀਂ
मेहनत करते बच्चे इतने पिंड के जिन्हें भी गजे के बच्चे आ असी देखी दा रोज शू पा के रेडी हो के अपनी किटा पा के शौक दे नाल आण के ते मतलब रोज मतलब प्रैक्टिस करते हैं जानी आने वाले समय के नगजिया की टीम वालों वधिया मुंडे पिंड दे ही खेडन समय च यही उस मालक मूहरे अरदास करते हैं वाहिगुरु मूहरे कि ये बच्चे मतलब जुड़े रहन ते होर भी नाल बच्चों नूं जोड़न ते जिहड़ी नगजे की टीम है वो मतलब साढ़े इलाके दे विच मशहूर हो। पहला अपने पिंड की टीम बहुत तकड़ी सी। हाँ जी हाँ जी आदमपुर दशहरे ते गए असीं। अच्छा जी ओ जी इन्हां दा नाल सी इन्हां दा ठीक है जी देव देव सिंह ठीक है ठीक है। ਅਸੀਂ ਤੀਸਰੇ ਦਿਨ ਦੋ ਦਿਨ ਤਾਂ ਇੱਕ ਇੱਕ ਜਿੱਤ ਕੇ ਆਉਂਦੇ ਰਹੇ। ਅੱਛਾ ਜੀ ਤੀਸਰੇ ਦਿਨ ਲੀੜੇ ਨਹੀਂ ਪਾਏ ਅਸੀਂ। ਅੱਛਾ ਜੀ ਤਿੰਨ ਕਲੱਬਾਂ ਜਿੱਤ। ਵਾਹ ਜੀ ਕੀ ਬਾਤ ਹੈ ਪਿੰਡ ਪਿਓਰ ਪਿੰਡ ਬਾ ਤੁਹਾਡੀ ਪਿਓਰ ਸੀ ਉਧਰ ਕਲੱਬਾਂ ਸੀ ਜੇ ਦੇਈ ਬੰਦੇ ਸੀਗੇ ਤਿੰਨ ਕਲੱਬਾਂ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਉਸ ਸਮੇਂ ਤੁਹਾਡੇ ਪਸੰਦੀਦਾ ਖਿਡਾਰੀ ਕਿਹੜੇ ਸੀਗੇ ਹੋਰ ਟੀਮ ਦਾ ਦੱਸੋ ਕੋਈ ਆਪਣੀ ਟੀਮ ਦਾ ਨਹੀਂ ਹੋਰ ਟੀਮ ਦਾ ਪਸੰਦੀਦਾ। ਹਾਂਜੀ ਬਾਹਰਲੀ ਬਾਹਰਲੀਆਂ ਦੇ ਸਾਡੇ ਖੁਰਦਪੁਰ ਦੇ ਸੀ ਭੱਜੀ ਹੋਣੀ। ਅੱਛਾ ਜੀ ਭਜਨ ਸਿੰਘ ਇੱਕ ਨਾਲ ਚੰਨਾ ਉਹ ਦੋਏ ਭਰਾ ਸੀਗੇ। ਅੱਛਾ ਜੀ ਇੱਦਾਂ ਜਾਣੀ ਸਾਰੇ ਜਾਣੀ ਤੇ ਆਪਣੇ ਪਿੰਡ ਦੇ ਖਿਡਾਰੀ ਕਿਹੜੇ ਕਿਹੜੇ ਤਕੜੇ ਸੀ ਪਿੰਡ ਦੇ ਗੁਰਦੇਵ ਸਿੰਘ ਸਾਡਾ ਫੌਜੀ ਸੀ। ਅੱਛਾ ਉਹ ਆਣ ਕੇ ਸਾਨੂੰ ਨਾਲ ਖਿਲਾ ਲੈਂਦਾ ਸੀ। ਠੀਕ ਹੈ ਨਾਲ ਉਹ ਲੈ ਕੇ ਜਾਂਦਾ ਸੀ। ਠੀਕ ਹੈ ਵਿਆਉਣ ਲੱਗਿਆ ਨੂੰ ਸ਼ਾਮ ਨੂੰ ਚਲੋ ਮਾਂ ਵੀ ਲਾਉਣਾ। ਠੀਕ ਹੈ ਨਹੀਂ ਨਹੀਂ ਉਹ ਤਾਂ ਹਾਂਜੀ ਬਣਿਆ ਹੋਇਆ। ਹਾਂਜੀ ਠੀਕ ਹੈ ਬਿਲਕੁਲ ਇੱਦਾਂ ਜਾਣੀ ਬਹੁਤ ਬੀਬਾ ਸੀਗਾ। ਠੀਕ ਹੈ ਠੀਕ ਹੈ ਬਾਕੀ ਸਾਰੇ ਪਿੰਡ ਦੇ ਆ ਜਿਹੜੇ ਸਾਡੇ ਆਹ ਛੋਈ ਹੋਣੀ ਆ ਧੰਨਵਾਦ। ਕਿੱਦਾਂ ਫਿਰ ਮੈਚ ਜਿੱਤ ਗਏ ਹੁਣ ਕੱਲ੍ਹ ਸੈਮੀਫਾਈਨਲ ਅਤੇ ਇਹੀ ਖਿਡਾਰੀ ਹੋਣਗੇ ਜਾਂ ਕੋਈ ਚੇਂਜ ਪਾਉਂਗੇ? ਨੇਰੀ ਕਿੱਥੇ ਆ? ਸਾਂਭ ਕੇ ਰੱਖਣਾ ਪੈਂਦਾ ਹੈ ਨਾ। ਠੀਕ ਹੈ ਅਤੇ ਹੋਰ ਅੱਜ ਫਿਰ ਜਾ ਰਹੇ ਹਾਂ ਵਾਪਸ ਕਰਾਉਂਗੇ? ਅੱਛਾ ਅੱਛਾ ਕਿਹੜਾ ਪਿੰਡ ਆਪਣਾ? ਫੁੱਲਡੀ ਵਾਲ ਕਿੱਥੇ ਕੁ? ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਕਰੋ ਇੰਜੋਏ। ਫਿਰ ਕੀ ਆ ਵੀਡੀਓ ਹੀ ਆ ਉਦੋਂ ਤਾਂ ਰੀਲਾਂ ਪਾਈ ਜਾਂਦਾ ਹੁੰਦਾ ਹੈ। ਹਾਂਜੀ ਲੱਕੀ ਭਾਜੀ ਤੇ ਆਪਣੇ ਕੋਲ ਕਿੰਨੀਆਂ ਟੀਮਾਂ ਪਹੁੰਚੀਆਂ ਸੀ ਟੂਰਨਾਮੈਂਟ ਤੇ? ਆਪਣੇ ਕੋਲ ਭਾਈ 16 ਟੀਮਾਂ ਪਹੁੰਚੀਆਂ ਸੀ ਜੀ। ਅੱਛਾ ਜੀ ਕੱਲ ਆਪਾਂ ਕਰਾਏ ਮੈਚ ਥੋੜੇ ਅੱਜ ਕਰਾ ਤੇ। ਅੱਛਾ ਅੱਜ ਵਾਲੇ ਵਧੀਆ ਸੀ ਮੈਚ। ਅੱਛਾ ਅੱਛਾ ਵਧੀਆ ਖੇਡਦੇ ਮੁੰਡੇ ਸਾਰੇ। ਠੀਕ ਆ ਆਪਣੀ ਟੀਮ ਵੀ ਸੈਮੀ ਚ ਪਹੁੰਚ ਗਈ ਹੈ ਨਾ? ਹਾਂਜੀ ਆਪਣੀ ਟੀਮ ਵਾਲੇ ਮੁੰਡੇ ਜਿੰਨੇ ਵੀ ਸੀਗੇ ਥੋੜੇ ਬੱਲਾਂ ਦੇ ਸੀਗੇ ਕੁਝ ਹੋਰ ਸੀਗੇ। ਇੱਕ ਮੁੰਡਾ ਆਪਣੇ ਪਿੰਡ ਦਾ ਖੇਡਦਾ ਆਸ਼ੂ। ਹਾਂਜੀ ਬਹੁਤ ਸੋਹਣਾ ਪਲੇਅਰ ਆ ਉਹ ਖਾਲਸਾ ਕਾਲਜ ਵੱਲੋਂ ਵੀ ਖੇਡਦਾ ਬਹੁਤ ਸੋਹਣਾ ਖੇਲਿਆ ਉਹਨੇ ਮੁੰਡੇ ਨੇ। ਠੀਕ ਹੈ ਤੇ ਆਪਾਂ ਇੱਥੇ ਤਾਂ ਨਾਲ ਹੀ ਖੇਲਦੇ ਆ ਉਹਨਾਂ ਦੇ ਸਾਰਿਆਂ ਦੇ ਹੁਣ ਆਪਾਂ ਮੈਚ ਦਾ ਆਨੰਦ ਮਾਣ ਰਹੇ ਹਾਂ। ਬਿਲਕੁਲ ਬਿਲਕੁਲ ਆਬਾਦੀ ਦੇ ਆਬਾਦੀ ਤੇ ਕੰਗਰੀਵਾਲ ਦਾ ਮੈਚ ਚੱਲ ਰਿਹਾ ਬੜਾ ਮਸਤ ਮੈਚ ਹੈ ਜਿਹਨੂੰ ਕਹਿ ਸਕਦੇ ਆਪਾਂ। ਲੈਵਲ ਤੇ ਚੱਲ ਰਿਹਾ ਨਾ ਸਕੋਰ 0-0 ਲੈਵਲ ਪਈ ਮੁੰਡਿਆਂ ਦਾ ਪੂਰਾ ਜ਼ੋਰ ਲੱਗਾ ਪਿਆ ਆਇਆ ਦੇਦੇ ਆ ਕੋਹ ਮੱਜ ਮਾਰਦਾ ਜੀ ਯਾਨੀ ਕੋਈ ਹਜੇ ਕਹਿ ਨਹੀਂ ਸਕਦੇ ਵੀ ਕੌਣ ਜਿੱਤੇ ਹੋਣਾ ਬਰਾਬਰ ਦੀ ਕਿਉਂਕਿ ਦੋਨਾਂ ਦਾ ਪੂਰਾ ਜ਼ੋਰ ਲੱਗਾ ਟੀਮਾਂ ਦਾ। ਬਿਲਕੁਲ ਮੁੰਡੇ ਬਹੁਤ ਟੌਪ ਦੇ ਖੇਡਦੇ ਆ। ਕੱਲ ਨੂੰ ਫਿਰ ਲਾਸਟ ਦਿਨ ਆ ਜੀ? ਕੱਲ ਨੂੰ ਲਾਸਟ ਦਿਨ ਸੈਮੀ ਤੇ ਫਾਈਨਲ ਹੈ ਨਾ ਜੀ? ਸੈਮੀ ਤੇ ਫਾਈਨਲ। ਠੀਕ ਹੈ ਠੀਕ ਨਗੱਜਾ ਸੈਮੀ ਦੀ ਆ ਜੀ ਇੱਕ।
ठीक है, एक जेतू एक अगले मैच की जेतू एक कर लूंगा। हाँ बिल्कुल बिल्कुल जी, एक क्वार्टर कल सवेर नूं वी आ सही। हाँ जी हाँ जी ट्रैक्टर खिंच ਇਹ ਆ ਮੁੰਡੇ ਜਿਹੜੇ ਸੇਵਾ ਵਾਲੇ ਆ, ਸਵੇਰ ਦੇ ਨੇ ਮੁੰਡੇ ਨੇ ਕਲੀ ਪਾਈ ਸੀ ਹੈਨਾ। ਖੇਡਣਾ ਵੀ ਹੈ ਕੱਲ ਨੂੰ ਬੋਲਦੇ ਤਲਵਿੰਦਰ, ਕੈਮਰੇ ਫੋਕਸ ਕਰੀ ਬੈਠਾ ਤਲਵਿੰਦਰ। ਤਲਵਿੰਦਰ ਕਿੱਦਾਂ ਫਿਰ ਬੰਬੇ ਕਿੱਦਾਂ ਲੱਗਿਆ ਰਹਿ ਕੇ? ਨਰਿੰਦਰ ਵੀ ਮੈਨੂੰ ਆਏ ਕਹਿੰਦਾ ਵੀ ਜੀ ਨੀ ਕਰਦਾ ਸੀ, ਹੁਣ ਫਿਰ ਆਏਗਾ ਤੂੰ? ਗਰਮੀ ਹੈ ਨਾ ਉੱਥੇ ਕਹਿੰਦਾ। ਇੱਕ ਤੁਹਾਡੇ ਨੇ ਆਈਟਮ ਵੀ ਬਹੁਤ ਵੱਡੀ ਲੱਗੀ ਉੱਥੇ, ਇਧਰੋਂ ਕੋਟ ਲੈ ਗਏ ਹੈ। ਲੈ ਹੁਣ ਦੱਸਦਾ ਨੀ ਜਾਣ ਕੇ, ਤੂੰ ਆਹ ਵਰਲਡ ਵਰਲਡ ਦੀ ਨੌਲੇਜ ਰੱਖਦਾ ਨਾ। ਬਹੁਤ ਪਿਆਰ ਮਿਲਿਆ, ਸ਼ੀਲੂ ਸ਼ੀਲੂ ਹੋ ਗਈ, ਈਲੂ ਈਲੂ ਹੈਨਾ, ਕੀ ਹੋ ਗਈ? ਮੱਖਣ ਮੱਖੀ ਉਹ ਵੀ ਪੁੱਜਿਆ ਸੀ ਹੈ, ਅਰਸ਼ ਵੀ। ਠੀਕ ਹੈ ਠੀਕ ਹੈ, ਪੂਰੇ ਵਧੀਆ ਮੈਚ ਲੱਗੇ। ਕ੍ਰਿਕਟ ਦਾ ਕਿਹੜਾ ਪਹੁੰਚਿਆ ਸੀ ਪੰਜਾਬ ਤੋਂ? ਉੱਧਰ ਲਈ ਸੀ, ਲੋਕਲ ਪਲੇਅਰ ਹੀ। ਕੋਸਕੋ ਹੀ? ਤੇ ਕਿੱਦਾਂ ਲੱਗਿਆ ਵੀ ਉੱਧਰ ਕ੍ਰਿਕਟ ਤੇ ਵਧੀਆ ਖਿਡਾਰੀ ਹੈ ਕਿ ਇੱਧਰ? ਗੋਲ ਗਰਾਊਂਡ ਪੂਰਾ ਟੂਰਨਾਮੈਂਟ ਸੀਗਾ, 55-60 ਮੀਟਰ ਦਾ ਛਿੱਕਾ। ਆਪਣੇ ਵੀ ਗਰਾਊਂਡ ਬਹੁਤ ਵਧੀਆ ਪੰਜਾਬ ਚ ਵੀ, ਜਗਜੀਤ ਸਿੰਘ ਆਪਣਾ ਸੋਨੀ ਭਾਜੀ ਟੋਲੀਆਂ ਤੋਂ ਸਰਪੰਚ, ਸਾਡੇ ਸੱਜਣ ਮਿੱਤਰ ਪ੍ਰੇਮ ਪਿਆਰ ਵਾਲੇ, ਅਤੇ ਚੰਨਾ ਭਾਜੀ ਰਾਮਪੁਰ ਤੋਂ ਸਾਡੇ ਬਹੁਤ ਵਧੀਆ ਮਿੱਤਰ, ਜੱਫਲਾਂ ਤੋਂ ਭਾਜੀ ਸਾਡੇ, ਅਤੇ ਟੂਰਨਾਮੈਂਟ ਇਹਨਾਂ ਸਾਰਿਆਂ ਭਰਾਵਾਂ ਦੇ ਸਹਿਯੋਗ ਦੇ ਨਾਲ, ਨਗਰ ਦੇ ਸਾਰੇ ਵਾਸੀਆਂ ਵੱਲੋਂ, ਪੰਚਾਇਤ ਵੱਲੋਂ, ਅਤੇ NRI ਭਰਾਵਾਂ ਵੱਲੋਂ ਖਾਸ ਸੇਵਾਵਾਂ ਦਿੱਤੀਆਂ ਜਾਂਦੀਆਂ ਟੂਰਨਾਮੈਂਟ ਦੇ ਵਿੱਚ, ਵਧੀਆ ਸਹਿਯੋਗ ਕਰਦੇ ਆ। ਬਿਲਕੁਲ, ਹਰ ਸਾਲ ਹਰ ਸਾਲ ਟੂਰਨਾਮੈਂਟ ਹੁੰਦਾ ਹੈ, ਐਤਕੀ 6ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਹੈ ਆਪਣੇ, ਅਤੇ ਉਹਦੇ ਵਿੱਚ ਪਿੰਡ ਦੀ ਪੰਚਾਇਤ ਦਾ ਬਹੁਤ ਸਹਿਯੋਗ ਆ, ਅਤੇ ਵਧੀਆ ਮੈਚ ਹੁੰਦੇ ਆ, ਅਤੇ ਹਰ ਸਾਲ ਸਾਡੀ ਕੋਸ਼ਿਸ਼ ਆ ਇੱਦਾਂ ਹੀ ਚੱਲਦਾ ਰਹੇ। ਬਹੁਤ ਬਹੁਤ ਧੰਨਵਾਦ। ਹਾਂਜੀ ਭਾਅ ਜੀ, ਤੁਹਾਡੀ ਟੀਮ ਵੀ ਜਿੱਤੀ ਹੈ ਨਾ ਪਿੰਡ ਦੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਪਹਿਲਾਂ ਤਾਂ ਭਾਅ ਜੀ ਤੁਹਾਡਾ, ਜਿਹੜਾ ਤੁਸੀਂ ਲਾਈਵ ਕਰ ਰਹੇ ਹਾਂ, ਰੈਫਰੀਆਂ ਦਾ, ਬਾਕੀ ਨਗੱਜਾ ਦੇ ਜਿੰਨੇ ਵੀ ਪਦਵੰਤੇ ਸੱਜਣ, NRI ਵੀਰ, ਪੰਚਾਇਤ, ਸਾਡੇ ਜੱਗੀ ਵੀਰ ਹੋਣੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਇੱਦਾਂ ਦਾ ਉਪਰਾਲਾ ਕਰਕੇ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾ ਰਹੇ ਆ, ਅਤੇ ਚੰਗੀ ਸਿਹਤ ਦੇ ਰਹੇ ਆ। ਬਹੁਤ ਵਧੀਆ ਕੱਲ੍ਹ ਤੋਂ ਟੂਰਨਾਮੈਂਟ ਚੱਲ ਰਿਹਾ ਆ, ਅਤੇ ਵਧੀਆ ਮੁੰਡਿਆਂ ਨੇ, ਨੌਜਵਾਨਾਂ ਖੇਡ ਦਾ ਪ੍ਰਦਰਸ਼ਨ ਕੀਤਾ। ਸਾਡੇ ਏਰੀਏ ਦਾ ਜਿਹੜਾ ਟੂਰਨਾਮੈਂਟ ਆ ਬਹੁਤ ਵਧੀਆ, ਇਸ ਗੱਲੋਂ ਵੀ ਆ ਸਾਰੇ ਮੈਚ ਜਿੰਨੇ ਹੋਏ ਆ ਟਾਈਆਂ ਪਾ ਕੇ ਮੈਚ ਕਰਵਾਏ। ਬਿਲਕੁਲ ਇੱਕ ਨੰਬਰ, ਹਾਂਜੀ ਹਾਂਜੀ ਮੈਂ ਦੇਖਿਆ, ਬਿਲਕੁਲ ਉਹਨੇ ਮੈਚ ਉਹਨਾਂ ਪਾਤਾ, ਉਹਨੇ ਉਹਨਾਂ ਪਾਤਾ, ਬਿਲਕੁਲ ਲਾਈਵ ਟਾਈਆਂ ਪਈਆਂ, ਲਾਈਵ ਟਾਈਆਂ ਹੀ ਪੈਣਗੀਆਂ ਸੈਮੀ ਫਾਈਨਲ 'ਚ। ਠੀਕ ਹੈ ਜੀ, ਸਾਰਾ ਕੁਛ, ਅਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ, ਜਿੰਨੇ ਵੀ ਇੱਥੇ ਦਰਸ਼ਕ ਆਏ ਆ, ਪਿੰਡ ਵਾਲੇ ਆਏ ਆ, ਵੀ ਮੁੰਡਿਆਂ ਨੂੰ ਉਤਸ਼ਾਹ ਕਰ ਰਹੇ ਆ, ਅਤੇ
ਸਾਰੀ ਪਿੰਡ ਦੀ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਭਾਈ ਫੁੱਟਬਾਲ ਖੇਡਦੇ ਰਹੇ ਪਹਿਲੇ ਸਮੇਂ ਚ? ਹਾਂਜੀ ਹਾਂਜੀ ਅਸੀਂ ਖੇਡਦੇ ਹੁਣ ਵੀ ਅਸੀਂ ਹੁਣ ਵੀ ਅੱਛਾ ਫਿਰ ਅਸੀਂ ਟੀਮ ਆ ਭਾਈ ਸਾਡੀ ਅੱਛਾ ਕੱਲ ਨੂੰ ਜਾਣੀ ਤੁਹਾਡੇ ਠੀਕ ਆ ਠੀਕ ਆ ਇਕੱਠੇ ਖੇਡ ਰਹੇ ਹੋ ਕਿ ਆਪੋਜ਼ਿਟ? ਫਿਟਨੈਸ ਰਹਿੰਦੀ ਆ ਟੂਰਨਾਮੈਂਟ ਕਰਾ ਰਹੇ ਆ ਉਸ ਟੂਰਨਾਮੈਂਟ ਦੀ ਵੱਧ ਚੜ੍ਹ ਕੇ ਪਹੁੰਚੋ ਸਾਰੇ ਇਲਾਕੇ ਦਾ ਬਹੁਤ ਵਧੀਆ ਟੂਰਨਾਮੈਂਟ ਆ ਉਹ ਤੋਂ ਬਾਅਦ ਸਾਡੇ ਮੱਲੀ ਨੰਗਲ ਸੈਵਨ ਸਾਈਡ 23 ਤਰੀਕ ਤੋਂ ਸ਼ੁਰੂ ਹੋ ਰਿਹਾ ਟੂਰਨਾਮੈਂਟ ਉਹਦੇ ਵਿੱਚ ਵੀ ਪਹੁੰਚੋ ਸਾਰੇ ਜਣੇ ਬਿਲਕੁਲ ਬਿਲਕੁਲ ਇਨਸਾਨ ਚਲੇ ਜਾਂਦੇ ਆ ਹਨਾ ਬਦਲਦੇ ਰਹਿੰਦੇ ਸਮਾਂ ਬਦਲਦਾ ਰਹਿੰਦਾ ਯਾਦਾਂ ਰਹਿ ਜਾਂਦੀਆਂ ਹਨਾ ਹੁਣ ਜਿਹੜੇ ਤੁਹਾਡੇ ਨਾਲ ਪਲੇਅਰ ਸੀ ਕਦੇ ਕੋਈ ਕੈਨੇਡਾ ਬੈਠਾ ਕੋਈ ਮਲੇਸ਼ੀਆ ਕੋਈ ਇਟਲੀ ਹੈ ਨਾ ਬਿਲਕੁਲ ਕੱਲ ਮੈਚ ਖੇਡਿਆ ਕੱਲ ਤੁਸੀਂ ਲਾਈਵ ਨੀ ਕੀਤਾ ਜੀ 40 ਪਲੱਸ ਵਾਲਿਆਂ ਨੇ ਕਲੱਬ ਦੇ ਵਿੱਚ ਐਂਟਰੀ ਪਾਈ ਸੀ ਅੱਛਾ ਜੀ ਪਹਿਲੇ ਸਮਿਆਂ ਦੇ ਵਿੱਚ ਤੇ ਹੁਣ ਫੁੱਟਬਾਲ ਚ ਬਹੁਤ ਅੰਤਰ ਆ ਗਿਆ ਹੋਣਾ ਹਨਾ ਅੰਤਰ ਤਾਂ ਬਹੁਤ ਆਇਆ ਭਾਅ ਜੀ ਇੱਦਾਂ ਹੁਣ ਪਰ ਥੋੜ੍ਹਾ ਸ਼ੌਂਕ ਘੱਟਦਾ ਜਾਂਦਾ ਅੱਛਾ ਜੀ ਇਹਨੂੰ ਸ਼ੌਂਕ ਨੂੰ ਥੋੜ੍ਹਾ ਸਾਡੀ ਕਮੇਟੀਆਂ ਜਿਹੜੀਆਂ ਟੂਰਨਾਮੈਂਟ ਵਾਲੀਆਂ ਪਿੰਡਾਂ ਦੀਆਂ ਪੰਚਾਇਤਾਂ ਇਹਨੂੰ ਥੋੜ੍ਹਾ ਰੁਝਾਨ ਦੇਣਾ ਪੈਣਾ ਧਿਆਨ ਦੇਣਾ ਪੈਣਾ ਕਿ ਆਪਣੀਆਂ ਪਿੰਡਾਂ ਦੇ ਵਿੱਚੋਂ ਪਲੇਅਰ ਉਠਾਓ ਜਿੱਦਾਂ ਅੱਗੇ ਸੀਗਾ ਸ਼ੌਂਕ ਬਹੁਤ ਖੇਡਣ ਦਾ ਹੁਣ ਫੋਨਾਂ ਮੋਬਾਈਲਾਂ 'ਚ ਜ਼ਿਆਦਾ ਨਿਆਣਿਆਂ ਦਾ ਘਰੇਲੂ ਗੇਮਾਂ ਜਿਹੜੀਆਂ ਆਪਣੀਆਂ ਚੱਲਦੀਆਂ ਵੀਡੀਓ ਗੇਮਾਂ ਉਹਨਾਂ 'ਚ ਜ਼ਿਆਦਾ ਧਿਆਨ ਆ ਨਾਲ ਨਾਲ ਜੇ ਵੀਡੀਓ ਗੇਮਾਂ ਛੱਡੋ ਪੜ੍ਹਾਈ ਦੇ ਨਾਲ ਨਾਲ ਇੱਦਾਂ ਦੀਆਂ ਗੇਮਾਂ ਜਾਓ ਹੁਣ ਤਾਂ ਸਰਕਾਰ ਪੈਸਾ ਵੀ ਬਹੁਤ ਦੇ ਰਹੀ ਆ ਜੋਬ ਵੀ ਮਿਲਦੀ ਆ ਪਲੇਅਰ ਨੂੰ ਹਾਂਜੀ ਹੁਣ ਜੋਬਾਂ ਪੈਸਾ ਸਾਰਾ ਕੁਛ ਚੱਲ ਰਿਹਾ ਹੁਣ ਤਾਂ ਟੂਰਨਾਮੈਂਟਾਂ ਤੇ ਹੀ ਹੈ ਨਾ ਲੱਖਾਂ ਦੇ ਨਾਮ ਰੱਖੇ ਜਾਂਦੇ ਆ ਪਲੇਅਰ ਇਧਰੋਂ ਹੀ ਨਹੀਂ ਮੁੱਕਦੇ ਹੈ ਨਾ ਪੈਸੇ ਬਾਕੀ ਪਲੇਅਰ ਹੈਗੇ ਆ ਬਹੁਤ ਚੰਗੇ ਪਲੇਅਰ ਆ ਥੋੜਾ ਕਲੱਬਾਂ ਜਾਂ ਪ੍ਰੈਕਟਿਸ ਕਰਨ ਤਾਂ ਬਹੁਤ ਵਧੀਆ ਪਰ ਥੋੜਾ ਅੱਗੇ ਪ੍ਰੈਕਟਿਸ ਜ਼ਿਆਦਾ ਹੁੰਦੀ ਸੀਗੀ ਤੇ ਮੈਚ ਘੱਟ ਹੁੰਦੇ ਸੀ ਹੁਣ ਮੈਚ ਜ਼ਿਆਦਾ ਆ ਆਪਣੇ ਪ੍ਰੈਕਟਿਸ ਘੱਟ ਆ ਬਾਕੀ ਸਾਰੇ ਸੋਹਣਾ ਖੇਡਦੇ ਮੁੰਡੇ ਬਹੁਤ ਦੇਖਣ ਨੂੰ ਮੈਚ ਵਧੀਆ ਲੱਗੇ ਸਾਰੇ ਪਲੇਅਰਾਂ ਦਾ ਧੰਨਵਾਦ ਆ ਬਾਕੀ ਤੁਹਾਡਾ ਧੰਨਵਾਦ ਭਾਈ ਕਮੇਟੀ ਵਾਲਿਆਂ ਦਾ ਜਿਹੜੀ ਸਾਨੂੰ ਇੱਥੇ ਸੱਦਿਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਹਾਂ ਵੀ ਆਸ਼ੀਸ਼ ਕਿੱਦਾਂ ਫਿਰ ਸੈਮੀ ਫਾਈਨਲ 'ਚ ਪਹੁੰਚ ਗਏ ਹੈ ਠੀਕ ਆ ਠੀਕ ਅੱਜ ਫਿਰ ਕਿਹੜੇ ਕਿਹੜੇ ਪਲੇਅਰ ਖੇਡਦੇ ਸੀ ਅੱਜ ਭਾਅ ਜੀ ਮੈਂ ਸੀ
ਗੁਰਜੋਤ ਸਿੰਘ ਸੀਗਾ ਹੈਗਾ ਨੇਰੀ ਨੇਰੀ ਸੀਗਾ ਅਤੇ ਖੰਡ ਭਾਜੀ ਹੋਈ ਸੀਗੇ ਬਾਕੀ ਭਾਜੀ ਸਾਰੇ ਸੀਗੇ ਆਪਣੇ ਬੱਲਾਂ ਦੇ ਭਰਾ ਸੀਗੇ ਠੀਕ ਹੈ ਠੀਕ ਹੈ ਅਤੇ ਗੋਲਕੀਪਰ ਆਪਣਾ ਬਹੁਤ ਤਕੜਾ ਸੀ ਨਾ ਤੁਹਾਡਾ ਉਹਨੇ ਬਹੁਤ ਵਧੀਆ ਹੈ ਨਾ ਸੇਵ ਕੀਤੀਆਂ ਬੋਲਾਂ ਠੀਕ ਹੈ ਕੱਲ੍ਹ ਨੂੰ ਫਿਰ ਸੈਮੀ ਫਾਈਨਲ ਅਤੇ ਫਿਰ ਫਾਈਨਲ ਹੈ ਪੂਰੀ ਖੁਸ਼ੀ ਆ ਠੀਕ ਹੈ ਠੀਕ ਹੈ ਚਲੋ ਵਾਹਿਗੁਰੂ ਮਿਹਰ ਕਰੇ ਹੈ ਨਾ ਜਿੱਤੋਂ ਕੱਪ ਹੈ ਨਾ ਅਤੇ ਹੋਰ ਹੋਰ ਵੀ ਇਲਾਕੇ 'ਚ ਫਿਰ ਜਾਣਾ ਹੁੰਦਾ ਖੇਡਣ ਬਾਹਰੋਂ ਹਾਂਜੀ ਹਾਂਜੀ ਕਿਤੇ ਕਿਤੇ ਚੱਲ ਜਾਈਦਾ ਪਿੰਡ ਦੀ ਟੀਮ ਵੀ ਜਾਂਦੀ ਹੈ ਉੱਧਰ ਹੈ ਨਾ ਠੀਕ ਹੈ ਠੀਕ ਹੈ ਉੱਧਰ ਖਾਲਸਾ ਕਾਲਜ ਮੈਂ ਖੇਡਣਾ ਅੱਛਾ ਖਾਲਸਾ ਕਾਲਜ ਜਲੰਧਰ ਹਾਂਜੀ ਜਲੰਧਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਨਾਲ ਦੋਸਤ ਮਿੱਤਰ ਖੜੇ ਆ ਤੇਰੇ ਕੌਣ ਕੌਣ ਹੈ ਇਹ ਨੋਨਾ ਵਿਸ਼ਾਲ ਆ ਉਹ ਵੀ ਵਿਸ਼ਾਲ ਹੀ ਹੈ ਠੀਕ ਹੈ ਦੋ ਵਿਸ਼ਾਲ ਆ ਹੈ ਠੀਕ ਹੈ ਠੀਕ ਹੈ ਓਕੇ